ਸੰਘਣੀ ਧੁੰਦ ਦਾ ਚੋਰਾਂ ਨੇ ਚੁੱਕਿਆ ਫਾਇਦਾ। ਸੀਸੀਟੀਵੀ ਵਿੱਚ ਵੀ ਚੋਰ ਨਹੀਂ ਆਏ ਨਜ਼ਰ, ਕਾਰ ਨੂੰ ਧੱਕਾ ਮਾਰ ਕੇ ਲੈ ਗਏ ਲੁਟੇਰੇ। ਦੱਸਦੇ ਕਿ ਜਿੱਥੇ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਪਰੇਸ਼ਾਨੀ ਹੋ ਰਹੀ ਹੈ, ਉੱਥੇ ਇਹਨਾਂ ਚੋਰਾਂ ਨੇ ਵੀ ਲੋਕਾਂ ਦੀ ਨੱਕ ਦੇ ਵਿੱਚ ਦਮ ਕੀਤਾ ਹੋਇਆ, ਜੋ ਕਿ ਇੰਨੀ ਠੰਡ ਦੇ ਵਿੱਚ ਵੀ ਚੋਰੀਆਂ ਕਰਨ ਤੋਂ ਬਾਜ਼ ਨਹੀਂ ਆ ਰਹੇ। ਹੋਰ ਤਾਂ ਹੋਰੇ ਸੰਘਣੀ ਧੁੰਦ ਦਾ ਫਾਇਦਾ ਚੱਕ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਵੇਖ ਸਕਦੇ ਹੋ ਸੀਸੀਟੀਵੀ ਤਸਵੀਰਾਂ, ਜਿਸ ਦੇ ਵਿੱਚ ਇਹ ਚੋਰ ਸਾਫ਼ ਤਰੀਕੇ ਦੇ ਵਿੱਚ ਤਾਂ ਨਹੀਂ ਦਿਖਾਈ ਦੇ ਰਹੇ, ਪਰ ਇਹ ਬਿਨਾਂ ਕਿਸੇ ਦੀਆਂ ਅੱਖਾਂ ਦੇ ਵਿੱਚ ਆਏ ਇੱਕ ਕਾਰ ਨੂੰ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਦੱਸਦੇ ਕਿ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਰਾਤ ਦੇ ਕਰੀਬ 2 ਵਜੇ ਦਾ ਸਮਾਂ ਦੱਸਿਆ ਜਾ ਰਿਹਾ, ਜਦੋਂ ਸੰਘਣੀ ਧੁੰਦ ਪੈ ਰਹੀ ਸੀ। ਚੋਰਾਂ ਨੇ ਇਸਦਾ ਫਾਇਦਾ ਚੱਕਦੇ ਹੋਏ ਇੱਕ ਕਾਰ ਨੂੰ ਨਿਸ਼ਾਨਾ ਬਣਾਇਆ, ਜਿਸ ਤੋਂ ਬਾਅਦ ਇਹ ਕਾਰ ਨੂੰ ਧੱਕਾ ਮਾਰ ਕੇ ਉੱਥੋਂ ਲੈ ਜਾਂਦੇ ਨੇ। ਵੇਖ ਸਕਦੇ ਹੋ ਇਹ ਚੋਰ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਤਾਂ ਹੋਏ ਨੇ, ਪਰ ਇਹਨਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ, ਜਿਸ ਤੋਂ ਬਾਅਦ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਸੰਘਣੀ ਧੁੰਦ ਦਾ ਚੋਰਾਂ ਨੇ ਚੁੱਕਿਆ ਫਾਇਦਾ। ਸੀਸੀਟੀਵੀ ਵਿੱਚ ਵੀ ਚੋਰ ਨਹੀਂ ਆਏ ਨਜ਼ਰ, ਕਾਰ ਨੂੰ ਧੱਕਾ ਮਾਰ ਕੇ ਲੈ ਗਏ ਲੁਟੇਰੇ। ਦੱਸਦੇ ਕਿ ਜਿੱਥੇ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਪਰੇਸ਼ਾਨੀ ਹੋ ਰਹੀ ਹੈ, ਉੱਥੇ ਇਹਨਾਂ ਚੋਰਾਂ ਨੇ ਵੀ ਲੋਕਾਂ ਦੀ ਨੱਕ ਦੇ ਵਿੱਚ ਦਮ ਕੀਤਾ ਹੋਇਆ, ਜੋ ਕਿ ਇੰਨੀ ਠੰਡ ਦੇ ਵਿੱਚ ਵੀ ਚੋਰੀਆਂ ਕਰਨ ਤੋਂ ਬਾਜ਼ ਨਹੀਂ ਆ ਰਹੇ। ਹੋਰ ਤਾਂ ਹੋਰੇ ਸੰਘਣੀ ਧੁੰਦ ਦਾ ਫਾਇਦਾ ਚੱਕ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਵੇਖ ਸਕਦੇ ਹੋ ਸੀਸੀਟੀਵੀ ਤਸਵੀਰਾਂ, ਜਿਸ ਦੇ ਵਿੱਚ ਇਹ ਚੋਰ ਸਾਫ਼ ਤਰੀਕੇ ਦੇ ਵਿੱਚ ਤਾਂ ਨਹੀਂ ਦਿਖਾਈ ਦੇ ਰਹੇ, ਪਰ ਇਹ ਬਿਨਾਂ ਕਿਸੇ ਦੀਆਂ ਅੱਖਾਂ ਦੇ ਵਿੱਚ ਆਏ ਇੱਕ ਕਾਰ ਨੂੰ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਦੱਸਦੇ ਕਿ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਰਾਤ ਦੇ ਕਰੀਬ 2 ਵਜੇ ਦਾ ਸਮਾਂ ਦੱਸਿਆ ਜਾ ਰਿਹਾ, ਜਦੋਂ ਸੰਘਣੀ ਧੁੰਦ ਪੈ ਰਹੀ ਸੀ। ਚੋਰਾਂ ਨੇ ਇਸਦਾ ਫਾਇਦਾ ਚੱਕਦੇ ਹੋਏ ਇੱਕ ਕਾਰ ਨੂੰ ਨਿਸ਼ਾਨਾ ਬਣਾਇਆ, ਜਿਸ ਤੋਂ ਬਾਅਦ ਇਹ ਕਾਰ ਨੂੰ ਧੱਕਾ ਮਾਰ ਕੇ ਉੱਥੋਂ ਲੈ ਜਾਂਦੇ ਨੇ। ਵੇਖ ਸਕਦੇ ਹੋ ਇਹ ਚੋਰ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਤਾਂ ਹੋਏ ਨੇ, ਪਰ ਇਹਨਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ, ਜਿਸ ਤੋਂ ਬਾਅਦ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਸੰਘਣੀ ਧੁੰਦ ਦਾ ਚੋਰਾਂ ਨੇ ਚੁੱਕਿਆ ਫਾਇਦਾ। ਸੀਸੀਟੀਵੀ ਵਿੱਚ ਵੀ ਚੋਰ ਨਹੀਂ ਆਏ ਨਜ਼ਰ, ਕਾਰ ਨੂੰ ਧੱਕਾ ਮਾਰ ਕੇ ਲੈ ਗਏ ਲੁਟੇਰੇ। ਦੱਸਦੇ ਕਿ ਜਿੱਥੇ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਪਰੇਸ਼ਾਨੀ ਹੋ ਰਹੀ ਹੈ, ਉੱਥੇ ਇਹਨਾਂ ਚੋਰਾਂ ਨੇ ਵੀ ਲੋਕਾਂ ਦੀ ਨੱਕ ਦੇ ਵਿੱਚ ਦਮ ਕੀਤਾ ਹੋਇਆ, ਜੋ ਕਿ ਇੰਨੀ ਠੰਡ ਦੇ ਵਿੱਚ ਵੀ ਚੋਰੀਆਂ ਕਰਨ ਤੋਂ ਬਾਜ਼ ਨਹੀਂ ਆ ਰਹੇ। ਹੋਰ ਤਾਂ ਹੋਰੇ ਸੰਘਣੀ ਧੁੰਦ ਦਾ ਫਾਇਦਾ ਚੱਕ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਵੇਖ ਸਕਦੇ ਹੋ ਸੀਸੀਟੀਵੀ ਤਸਵੀਰਾਂ, ਜਿਸ ਦੇ ਵਿੱਚ ਇਹ ਚੋਰ ਸਾਫ਼ ਤਰੀਕੇ ਦੇ ਵਿੱਚ ਤਾਂ ਨਹੀਂ ਦਿਖਾਈ ਦੇ ਰਹੇ, ਪਰ ਇਹ ਬਿਨਾਂ ਕਿਸੇ ਦੀਆਂ ਅੱਖਾਂ ਦੇ ਵਿੱਚ ਆਏ ਇੱਕ ਕਾਰ ਨੂੰ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਦੱਸਦੇ ਕਿ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਰਾਤ ਦੇ ਕਰੀਬ 2 ਵਜੇ ਦਾ ਸਮਾਂ ਦੱਸਿਆ ਜਾ ਰਿਹਾ, ਜਦੋਂ ਸੰਘਣੀ ਧੁੰਦ ਪੈ ਰਹੀ ਸੀ। ਚੋਰਾਂ ਨੇ ਇਸਦਾ ਫਾਇਦਾ ਚੱਕਦੇ ਹੋਏ ਇੱਕ ਕਾਰ ਨੂੰ ਨਿਸ਼ਾਨਾ ਬਣਾਇਆ, ਜਿਸ ਤੋਂ ਬਾਅਦ ਇਹ ਕਾਰ ਨੂੰ ਧੱਕਾ ਮਾਰ ਕੇ ਉੱਥੋਂ ਲੈ ਜਾਂਦੇ ਨੇ। ਵੇਖ ਸਕਦੇ ਹੋ ਇਹ ਚੋਰ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਤਾਂ ਹੋਏ ਨੇ, ਪਰ ਇਹਨਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ, ਜਿਸ ਤੋਂ ਬਾਅਦ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ।